ਦੇਸ਼ ਵਿਦੇਸ਼ ਵਿੱਚ ਬੈਠੀਆਂ ਸਮੁੱਚੀਆਂ ਸਿੱਖ ਸੰਗਤਾਂ ਜੋ ਕੌਮੀ ਘਰ ਨਾਲ ਜੁੜੀਆਂ ਹੋਈਆਂ ਨੇ। ਦਾਸ ਜਗਰਾਜ ਸਿੰਘ ਮੱਦੋਕੇ ਫਤਿਹ ਅਰਜ ਕਰਦਾ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਿੱਖ ਸੰਗਤ ਜੀ, ਜਿਵੇਂ ਕਾਫੀ ਲੰਬੇ ਸਮੇਂ ਤੋਂ ਸਾਡੀ ਸਿੱਖ ਸੰਸਥਾਵਾਂ ਦਾ, ਸਿੱਖ ਜਥੇਬੰਦੀਆਂ ਦਾ, ਸਿੱਖ ਸੰਗਤ ਦਾ ਇੱਕ ਸੁਪਨਾ ਸੀ ਵੀ ਪੰਜਾਬ ਦੇ ਵਿੱਚ ਸਰਬੱਤ ਖਾਲਸਾ ਬੁਲਾਇਆ ਜਾਵੇ, ਤਾਂ ਜੋ ਅਸੀਂ ਸਰਬੱਤ ਖਾਲਸੇ ਦੇ ਵਿੱਚ ਆਪਣੇ ਜੋ ਗੁਰਦੁਆਰਾ ਸਾਹਿਬਾਨ ਨੇ, ਸਾਡੀ ਸ਼੍ਰੋਮਣੀ ਕਮੇਟੀ ਹੈ, ਉਹਨਾਂ ਨੂੰ ਯਾਦ ਕਰਵਾਇਆ ਜਾਵੇ ਅਤੇ ਸਾਡੇ ਜੋ ਜਥੇਦਾਰ ਸਾਹਿਬਾਨ ਨੇ, ਉਹ ਜੋ ਪੰਥਕ ਹਿੱਕਾਂ ਦਾ ਧਿਆਨ ਰੱਖਦੇ ਨੇ, ਉਹਨਾਂ ਨੂੰ ਅਕਾਲ ਤਖ਼ਤ 'ਤੇ ਸੁਸ਼ੋਭਿਤ ਕੀਤਾ ਜਾਵੇ। ਸੋ ਇਹ ਸਰਬੱਤ ਖਾਲਸਾ ਕਿਉਂ ਬੁਲਾਉਣਾ ਪਿਆ, ਇਹ ਤੁਸੀਂ ਸਭ ਜਾਣਦੇ ਹੋ ਕਿ ਕਾਫ਼ੀ ਟਾਈਮ ਪਹਿਲਾਂ ਜੋ ਸਾਡੇ ਜਥੇਦਾਰਾਂ ਨੇ ਕਿਸੇ ਪੰਥਕ ਦਬਾਅ ਥੱਲੇ ਆ ਕੇ ਆਖੋ, ਜਾਂ ਕਿਸੇ ਸਰਕਾਰਾਂ ਦੇ ਦਬਾਅ ਥੱਲੇ ਆ ਕੇ ਆਖੋ, ਸੌਦੇ ਸਾਧ ਨੂੰ ਜੋ ਮਾਫ਼ੀਨਾਮਾ ਦਿੱਤਾ ਸੀ ਉਸ ਦੇ ਵਿਰੋਧ ਦੇ ਵਿੱਚ, ਅਤੇ ਉਸ ਤੋਂ ਬਾਅਦ ਕਿਸੇ ਸ਼ਰਾਰਤੀ ਅਨਸਰ ਨੇ ਸਾਡੇ ਗੁਰੂ ਸਾਹਿਬ ਪਿੰਡ ਦੇ ਵਿੱਚੋਂ ਚੋਰੀ ਕਰਕੇ, ਅਤੇ 2 ਮਹੀਨੇ ਪਹਿਲਾਂ ਜੋ ਸਰੂਪ ਚੋਰੀ ਕੀਤੇ ਗਏ ਸਨ, ਉਹਨਾਂ ਨੂੰ ਬਰਗਾੜੀ ਪਿੰਡ ਦੇ ਵਿੱਚ ਅਖੰਡਿਤ ਕਰਕੇ ਗਲੀਆਂ ਦੇ ਵਿੱਚ ਖਿਲਾਰਿਆ ਗਿਆ। ਸੋ ਜਿਸ ਦੇ ਰੋਸ ਵਿੱਚ ਸਮੁੱਚੀਆਂ ਸਿੱਖ ਸੰਗਤਾਂ, ਸਿੱਖ ਜਥੇਬੰਦੀਆਂ ਅਤੇ ਸਿੱਖ ਪ੍ਰਚਾਰਕ ਬੁੱਧੀਜੀਵੀ ਸੜਕਾਂ 'ਤੇ ਆਏ, ਅਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਸਰਬੱਤ ਖਾਲਸਾ ਬੁਲਾਇਆ ਗਿਆ ਸੀਗਾ, ਉਸ ਨੂੰ ਜਲਦੀ ਤੋਂ ਜਲਦੀ ਬੁਲਾਉਣ ਦੇ ਲਈ ਮੀਟਿੰਗਾਂ ਕੀਤੀਆਂ ਗਈਆਂ, ਅਤੇ ਵੀ ਜੋ ਸਰਬੱਤ ਖਾਲਸਾ ਜਲਦੀ ਤੋਂ ਜਲਦੀ ਬੁਲਾਇਆ ਜਾ ਸਕੇ। ਸੋ ਅੱਜ ਸਾਡੇ ਨਾਲ ਸਾਡੇ ਕੌਮੀ ਘਰ ਚੈਨਲ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਸਾਡੇ ਨਾਲ ਸਾਡੇ ਚੈਨਲ 'ਤੇ ਨੇ, ਜਿਨ੍ਹਾਂ ਨੂੰ ਅਸੀਂ ਸਰਬੱਤ ਖਾਲਸਾ ਬਾਰੇ ਅਤੇ ਜੋ ਸਰਬੱਤ ਖਾਲਸਾ ਦੇ ਵਿੱਚ ਵਿਚਾਰਾਂ ਕੀਤੀਆਂ ਗਈਆਂ, ਸਰਬੱਤ ਖਾਲਸਾ ਦੇ ਵਿੱਚ ਦਾ ਜੋ ਏਜੰਡਾ, ਉਸ ਬਾਰੇ ਅਸੀਂ ਗੱਲਬਾਤ ਕਰਾਂਗੇ। ਤੋਂ ਅਸੀਂ ਕੌਮੀ ਘਰ ਦੀ ਸਮੁੱਚੀ ਟੀਮ ਵੱਲੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ, ਤੁਹਾਨੂੰ ਜੀ ਆਇਆਂ ਆਖਦੇ ਹਾਂ ਅਤੇ ਫਤਿਹ ਅਰਜ ਕਰਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਮੈਂ ਆਪਣੇ ਜੀ ਮਹਿੰਦਰਪਾਲ ਸਿੰਘ ਜੀ, ਜੋ ਪੰਜਾਬ ਦੇ ਵਿੱਚ ਜਿਵੇਂ ਆਪਣੇ ਸਰਬੱਤ ਖਾਲਸੇ ਦਾ ਐਲਾਨ ਹੋਇਆ ਸੀਗਾ, ਜਿਵੇਂ ਤਕਰੀਬਨ ਸਾਰੀਆਂ ਜਥੇਬੰਦੀਆਂ ਨੇ ਸਹਿਮਤੀ ਸੀਗੀ ਵੀ ਇਹ ਸਰਬੱਤ ਖਾਲਸਾ ਹੋਣਾ ਚਾਹੀਦਾ, ਇਹ ਆਪਣੇ ਜੋ ਬਰਗਾੜੀ ਪਿੰਡ ਦੇ ਵਿੱਚ ਪਹਿਲਾਂ ਵੀ ਇਹ ਐਲਾਨ ਕੀਤਾ ਗਿਆ ਸੀਗਾ, ਤੇ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਜਦੋਂ 24 ਸਤੰਬਰ ਨੂੰ ਸੌਦਾ ਸਾਹਿਬ ਸੀ, ਉਹਨੂੰ ਸਾਰੇ ਅਸੂਲ ਸਿੱਕੇ ਟੰਗ ਕੇ ਬਾਦਲਾਂ ਨੇ ਜਥੇਦਾਰਾਂ ਤੋਂ ਮਾਫ਼ੀ ਮੰਗਵਾ ਦਿੱਤੀ ਸੀ। ਉਦੋਂ ਬਾਅਦ ਕੌਮ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਆਇਆ ਸੀ, ਤੇ 24 ਤੋਂ ਬਾਅਦ 27 ਤਰੀਕ ਨੂੰ ਇਮੀਡੀਏਟਲੀ ਮੀਟਿੰਗ ਗਈ, ਸਾਰੀਆਂ ਹੀ ਸਿੱਖ ਜਥੇਬੰਦੀਆਂ ਉਹਦੇ ਸ਼ਾਮਿਲ ਹੋਈਆਂ, ਜਿਹੜਾ ਬੰਦਾ ਆਪ ਨਹੀਂ ਆ ਸਕਦਾ ਉਹਨੇ ਆਪਣੇ ਨੁਮਾਇੰਦਗੀ ਦੇ, ਤੇ ਇਹ ਪ੍ਰਿੰਸੀਪਲ ਤੌਰ ਤੇ ਸਹਿਮਤੀ ਹੋਈ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਸਿੱਖ ਰੂਪ ਆਰਐਸਐਸ ਦੇ ਏਜੰਡੇ ਬਾਦਲ ਦੇ ਕਹਿਣ ਚੱਲ ਪਏ ਨੇ, ਇਸ ਲਈ ਪੰਥ ਨੂੰ ਹੋਰ ਦੇਖਣਾ, ਸਰਬੱਤ ਖਾਲਸੇ ਵਰਗੀ ਵੱਡੀ ਸੰਸਥਾ ਦੀ ਆਪਣੀ ਵਰਤੋਂ ਕਰਕੇ ਤੇ ਉਹਦਾ ਜਿਹੜਾ ਹੈਗਾ ਉਹ ਕਰਨਾ ਚਾਹੀਦਾ, ਸਰਬੱਤ ਖਾਲਸਾ ਬੁਲਾ ਲੈਣਾ ਚਾਹੀਦਾ ਤੇ ਸਾਰੇ ਜਿਹਨਾਂ ਖਤਮ ਕਰਕੇ ਭਵਿੱਖ ਵਿੱਚ ਕੋਈ ਨੀਤੀ ਕਰਨੀ ਚਾਹੀਦੀ ਹੈ। ਜਿਵੇਂ ਪਿਛਲੇ ਦਿਨ ਹੀ ਆਪਣੇ ਸਾਰੀਆਂ ਸਿੱਖ ਜਥੇਬੰਦੀਆਂ ਨੇ ਇਕੱਤਰ ਹੋ ਕੇ ਜੋ ਆਪਣੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਾਹਿਬ ਹਰਚਰਨ ਸਿੰਘ, ਉਹਨਾਂ ਨੂੰ ਤੇ ਇੱਕ ਮੰਗ ਪੁੱਛਿਆ ਸੀਗਾ, ਤੇ ਉਹਨਾਂ ਨੇ ਇਸ ਦੇ ਵਿੱਚ ਇਸ ਬਾਰੇ ਕੀ ਆਪਣਾ ਕੋਈ ਸਪਸ਼ਟੀਕਰਨ ਦਿੱਤਾ, ਇਹਦੇ ਬਾਰੇ ਕੀ ਆਖੋਗੇ ਜੀ? ਠੀਕ ਹੈ ਜੀ, ਮੈਂ ਸੁਣਿਆ ਨੀ ਭਾਈ, ਜੋ ਪਿਛਲੇ ਜੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਆਪਣੇ ਸ਼੍ਰੋਮਣੀ ਕਮੇਟੀ ਦਾ ਜੋ ਸਕੱਤਰ ਹਰਚਰਨ ਸਿੰਘ ਜੀ, ਉਹਨਾਂ ਨੂੰ ਇੱਕ ਆਪਣਾ ਮੰਗ ਪੁੱਛਿਆ ਸੀਗਾ ਜੀ ਆਪਣੇ ਸਥਾਨ ਬਾਰੇ, ਜਗ੍ਹਾ ਬਾਰੇ, ਤੇ ਹਾਂਜੀ ਹਾਂ ਉਹ ਤਾਂ ਇਹ ਸੀ ਕਿ ਅਸੀਂ ਸਾਡਾ ਪਹਿਲਾਂ ਫਰਜ਼ ਬਣਦਾ ਸੀ
ਵਾਲੀ ਰਵਾਇਤ ਹੈ ਕਿ ਅਕਾਲ ਤਖ਼ਤ ਸਾਹਿਬ ਬਹੁਤ ਜਿਹੜਾ ਖਾਲਸਾ ਹੋਇਆ ਹੈ ਉਹ ਅਕਾਲ ਤਖ਼ਤ ਸਾਹਿਬ ਤੇ ਹੀ ਹੋਇਆ ਜਾਂ ਉਹਨਾਂ ਵੱਲੋਂ ਬੁਲਾਇਆ ਗਿਆ। ਇਸ ਲਈ ਅਸੀਂ ਚਾਹੁੰਦੇ ਸੀ ਕਿ ਤਬਾਦ ਸਾਹਿਬ ਦੇ ਕੰਪਲੈਕਸ ਦੇ ਵਿੱਚ ਹੀ ਅਸੀਂ ਅਕਾਲ ਤਖ਼ਤ ਸਾਹਿਬ ਦੇ ਉੱਤੇ ਮੰਜੀ ਸਾਹਿਬ ਹਾਲਤ ਵਿੱਚ ਇਹ ਕਰੀਏ। ਇਸ ਲਈ ਅਸੀਂ ਫਰਜ਼ ਪੂਰੀ ਕਰਨ ਲਈ ਜੈਨ ਸਿੰਘ ਜਿਹੜਾ ਕਿ ਮੁੱਖ ਸਕੱਤਰ ਹੈ ਉਹਨੂੰ ਅਰਜੀ ਦਿੱਤੀ ਸੀ ਪਰ ਉਹਨਾਂ ਨੇ ਇਸ ਗੱਲ ਤੋਂ ਨਾ ਕਰ ਦਿੱਤੀ। ਉਹ ਤੋਂ ਬਾਅਦ ਆਪਣਾ ਪਿਛਲੇ ਫੈਸਲਾ ਕੀਤਾ ਕਿ ਚੰਦੇ ਵਾਲੇ ਰੋਡ ਅੰਮ੍ਰਿਤਸਰ ਤੋਂ ਬਾਬਾ ਮੋਹਨ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ ਉਸ ਜਗ੍ਹਾ ਦੇ ਉੱਤੇ ਸਾਹਮਣੇ ਜਗ੍ਹਾ ਲੈ ਕੇ ਕਰੀਬ 35 ਕਿੱਲੇ ਜਗ੍ਹਾ ਅਸੀਂ ਲਈ ਹੈ। ਉਹਦੇ ਉੱਤੇ ਜਿਹੜਾ ਵੱਡਾ ਜਿਹੜਾ ਸ਼ਬਦ ਖਾਲਸਾ ਦਾ ਉਹ ਸਾਰੇ ਸਿੱਖ ਪੰਥ ਦੀ ਸਹਿਮਤੀ ਦੇ ਨਾਲ ਅਸੀਂ ਉੱਥੇ ਕਰਨ ਜਾ ਰਹੇ ਹਾਂ। ਉਹ ਜਿਹੜੀ ਗੱਲ ਸੀ ਉਹ ਅਸੀਂ ਆਪਣਾ ਫਰਜ ਪੂਰਾ ਕਰਨ ਦੇ ਲਈ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਸੀ ਉਹਨਾਂ ਨੇ ਇਸ ਗੱਲ ਤੋਂ ਨਾ ਕਰ ਦਿੱਤੀ ਸਾਨੂੰ ਤੇ ਉਹ ਜੀ ਅਰਜੀ ਤੁਸੀਂ ਕਹਿੰਦੇ ਹੋ ਜੀ ਅੰਮ੍ਰਿਤਪਾਲ ਜੀ ਆਪਣੇ ਅੰਮ੍ਰਿਤਪਾਲ ਜੀ ਜਿਵੇਂ ਪੰਥਕ ਸਰਕਾਰਾਂ ਦੇ ਜਿਹੜੇ ਆਪਦੇ ਆਪ ਨੂੰ ਪਰਾਂ ਖਵਾਉਂਦੀਆਂ ਨੇ ਇਹਨਾਂ ਦੇ ਚਿਹਰੇ ਮੋਹਰੇ ਕੁਛ ਹੋਰ ਪਰ ਮਖੋਟੇ ਉਹਨਾਂ ਨੇ ਪੰਥ ਦੇ ਪਾਏ ਹੋਏ ਨੇ ਜਾਂ ਉਹਨਾਂ ਦੇ ਨਾਲ ਜਿਹੜੇ ਵਿਚਰਦੇ ਨੇ ਇਹਨਾਂ ਦੇ ਵਿੱਚ ਜ਼ਿਆਦਾ ਜਾਂ ਦੋ ਚਾਰ ਬੰਦੀਆਂ ਲਾ ਲਓ ਤੇ ਆਪਣੇ ਤੌਰ ਤੇ ਕਹਿ ਰਹੀਆਂ ਵੀ ਇਹ ਇੱਕ ਜੋ ਸਰਬੱਤ ਖਾਲਸਾ ਜਦੋਂ ਕਿ ਸਾਰੀ ਸੰਗਤ ਇਹ ਗੱਲ ਦਾ ਕਿ ਇਹ ਖਾਲਸਾ ਦੀ ਸੰਗਤ ਨੇ ਬੁਲਾਇਆ ਆਪਣੇ ਜੋ ਜਥੇਬੰਦੀਆਂ ਲਾ ਲਓ ਜਾਂ ਜੋ ਆਪਣੇ ਚਿਹਰੇ ਮੋਹਰੇ ਵਾਲੇ ਜੋ ਮਖੋਟ ਆ ਕੇ ਘੁੰਮ ਰਹੇ ਆ ਉਸ ਤੌਰ ਤੇ ਕਹਿ ਰਿਹਾ ਵੀ ਇਹ ਜੋ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਮਾਨ ਸਾਹਿਬ ਵੱਲੋਂ ਬੁਲਾਇਆ ਤੇ ਇਹਦੇ ਬਾਰੇ ਤੁਹਾਨੂੰ ਵੀ ਦੱਸਿਓ ਜੀ ਥੋੜਾ। ਸਬਤ ਖਾਲਸਾ ਵੈਸੇ ਤਾਂ ਇਹ ਵੀ ਕਿਸੇ ਵੀ ਵੱਲੋਂ ਬੁਲਾਇਆ ਜਾ ਸਕਦਾ ਜੋ ਸਬਤ ਖਾਲਸਾ ਦਾ ਇਤਿਹਾਸ ਹੈ ਪਰ ਮੌਜੂਦਾ ਜਿਹੜਾ ਸਬਤ ਖਾਲਸਾ ਹੋਰ ਹੈ ਇਹ ਕਿਸੇ ਇੱਕ ਜਥੇਬੰਦੀ ਵੱਲੋਂ ਚਾਹੇ ਉਹ ਸਿਮਰਜੀਤ ਸਿੰਘ ਮਾਨ ਦੀ ਜਥੇਬੰਦੀ ਹੋਵੇ ਚਾਹੇ ਉਹ ਯੂਨਾਈਟਡ ਅਕਾਲੀ ਦਲ ਹੋਵੇ ਚਾਹੇ ਕੋਈ ਹੋਰ ਜਥੇਬੰਦੀ ਹੋਵੇ ਕਿਸੇ ਇੱਕ ਨੂੰ ਨਹੀਂ ਬੁਲਾਇਆ ਜਾ ਰਿਹਾ ਬਲਕਿ ਇਹ ਤਾਂ ਪੰਥ ਦੀ ਮੌਜੂਦਾ ਹਾਲਾਤ ਤੋਂ ਦੇਖਦਿਆ ਹੋਇਆ ਤਕਰੀਬਨ ਸਮੁੱਚੀ ਜਿਹੜੀ ਹੈਗੀ ਹੈ ਸਿੱਖ ਪੰਥ ਦੀ ਜਥੇਬੰਦੀਆਂ ਜਿਹੜਾ ਦਰਦ ਮਹਿਸੂਸ ਕਰਦੀਆਂ ਨੇ ਜਿਹੜਾ ਸ਼ਬਦ ਖਾਲਸਾ ਹੈ ਉਹ ਬੁਲਾਇਆ ਜਾ ਰਿਹਾ ਇਹ ਅੱਜ ਹੀ ਮੀਟਿੰਗ ਹੋ ਕੇ ਪਹਿਲੇ ਇਸ ਤੋਂ ਹੋਈ ਸੀ ਉਹਦੇ ਵਿੱਚ ਹੀ ਤਕਰੀਬਨ ਸਾਰੀਆਂ ਪੰਥ ਦੀਆਂ ਸ਼ਖਸੀਅਤਾਂ ਟੋਟਲ ਜਥੇਬੰਦੀ ਦੀ ਜਿਹੜੀ ਹੈ ਉਹ ਅਗਵਾਈ ਕਰਦੇ ਹੋਏ ਉਸ ਮੀਟਿੰਗ ਵਿੱਚ ਆਈਆਂ ਸੀ। ਮੈਂ ਉਦਾਹਰਣ ਦੇ ਤੌਰ ਤੇ ਦੱਸ ਸਕਦਾ ਸ਼ਿਕਰਜੀਤ ਸਿੰਘ ਮਾਨ ਦੀ ਪਾਰਟੀ ਤੋਂ ਇਲਾਵਾ ਅੱਜ ਜਨਰੈਟਰ ਅਕਾਲੀ ਦਲ ਤੇ ਸਾਰੇ ਨੁਮਾਇੰਦੇ ਉਸ ਤੋਂ ਬਾਅਦ ਜਿਹੜੀ ਟੰਗਵੀ ਟਕਸਾਲ ਹੈ ਉਹਦੇ ਮੁਖੀ ਜਾਨੀ ਰਾਮ ਸਿੰਘ ਜੀ ਵੀ ਪਹੁੰਚੇ ਹੋਏ ਸੀ ਉਸ ਤੋਂ ਬਾਅਦ ਬਾਬਾ ਬਲਜੀਤ ਸਿੰਘ ਦਾਦੂਵਾਲ ਵੀ ਪਹੁੰਚੇ ਹੋਏ ਸੀ ਉਸ ਤੋਂ ਬਾਅਦ ਆਪਣਾ ਨਿਹੰਗ ਸਿੰਘਾਂ ਵੱਲੋਂ ਬਾਬਾ ਮਾਨ ਸਿੰਘ ਜੀ ਮੱਝਾਂ ਵਾਲੇ ਪਹੁੰਚੇ ਹੋਏ ਸੀ ਤੋਂ ਬਿਨਾਂ ਹੋਰ ਬਹੁਤ ਜਿਹੜੇ ਫੈਡਰੇਸ਼ਨ ਤੇ ਜਸਵੀਰ ਸਿੰਘ ਕਾਹਲੋਂ ਪਹੁੰਚੇ ਹੋਏ ਸੀ ਸਤਨਾਮ ਕਾਹਲੋਂ ਉਸ ਤੋਂ ਬਾਅਦ ਆਪਣਾ ਪੀ ਗੁਰਨੈਲ ਸਿੰਘ ਟੀ ਮੁਹੰਮਦ ਪਹੁੰਚੇ ਹੋਏ ਸੀ ਉਸ ਤੋਂ ਬਾਅਦ ਪਰਮਜੀਤ ਸਿੰਘ ਦੀ ਖਾਲਸਾ ਉਹ ਵੀ ਫੈਡਰੇਸ਼ਨ ਦੇ ਪ੍ਰਧਾਨ ਨੇ ਉਹ ਵੀ ਪਹੁੰਚੇ ਹੋਏ ਸੀ ਉਹ ਤਾਂ ਕਈ ਹੋਰ ਸੰਤ ਮਹਾਤਮਾ ਦੇ ਨਾਮ ਹੈ ਨਹੀਂ ਜਾਣਦਾ ਇਸ ਵਕਤ ਜਵਾਨੀਪੁਰ ਤੇ ਉਹ ਸਾਰੇ ਪਹੁੰਚੇ ਹੋਏ ਸੀ ਅੱਜ ਦੀ ਮੀਟਿੰਗ ਦੇ ਵਿੱਚ ਤੇ ਇਹ ਚੱਲ ਰਿਹਾ ਵੀ ਇਹ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦਾ ਸ਼ਬਦ ਖਾਲਸਾ ਦਾ ਫੈਸਲਾ ਹੈ ਇਹ ਸਮੁੱਚੇ ਪੰਥ ਦਾ ਫੈਸਲਾ ਹਾਂ ਸਰਕਾਰਾਂ ਜਿਸ ਤਰ੍ਹਾਂ ਡਿਪਲੋਮੈਸੀ ਪੋਲਿਟਿਕਸ ਕਰਦੀਆਂ ਨੇ ਉਹ ਇਹ ਜ਼ਰੂਰ ਸ਼ੋਅ ਕਰ ਰਹੀਆਂ ਨੇ ਆਪਣੇ ਕੁਝ ਹਮਾਇਤੀਆਂ ਰਾਹੀਂ ਕਿ ਜਿਹੜਾ ਇਹ ਸਬਤ ਖਾਲਸਾ ਹੈ ਇਹ ਜਿਹੜਾ ਹੈ ਉਹ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਹੈ ਕਿਉਂਕਿ ਉਹ ਭੁਲੇਖਾ ਪਾ ਰਹੇ ਨੇ ਕਿ ਕਿਸੇ ਇੱਕ ਧਿਰ ਵੱਲੋਂ ਬੁਲਾਇਆ ਜਿਹੜਾ ਹੈ ਇਹ ਸਬਤ ਖਾਲਸਾ ਨਹੀਂ ਹੋ ਸਕਦਾ। ਸੋ ਇਹ ਜਿਹੜਾ ਜੇ ਆਪਣਾ ਸਬਤ ਖਾਲਸਾ ਦਾ ਇਤਿਹਾਸ ਸਿੱਖੀਏ ਹਮੇਸ਼ਾ ਵੱਲੋਂ ਜਾਂ ਧਿਰ ਵੱਲੋਂ ਸਬਤ ਖਾਲਸਾ ਬੁਲਾਇਆ ਜਾਂਦਾ ਇਹ 1723 ਤੋਂ ਲੈ ਕੇ ਹੁਣ ਤੱਕ ਵੱਡੇ ਜਿਹੜੇ ਸਬਤ ਖਾਲਸੇ ਹੋ ਚੁੱਕੇ ਨੇ ਜੋ ਸਾਡਾ ਇਤਿਹਾਸ ਹੈਗਾ ਤੇ ਉਹਨਾਂ ਵਿੱਚ ਸਾਰਿਆਂ ਵਿੱਚ ਹੀ ਸਿਚੁਏਸ਼ਨ ਦੇਖੀ ਜਾਂਦੀ ਹੈ ਪੰਥ ਦੀ ਕਿ ਪੰਥ ਦੀ ਅੱਜ ਦੀ ਜਿਹੜੀ ਸਿਚੁਏਸ਼ਨ ਹੈ ਉਹ ਮੰਗਦੀ ਹੈ ਕਿ ਸਬਤ ਖਾਲਸਾ ਰਾਹੀਂ ਕੋਈ ਜਿਹੜਾ ਹੈ ਵੱਡਾ ਫੈਸਲਾ ਭਵਿੱਖ ਦਾ ਕੀਤਾ ਜਾ ਸਕੇ ਤੇ ਉਹ ਸਿਚੁਏਸ਼ਨ ਜਿਹੜੀ ਹੈ ਅੱਜ ਵੀ ਉਸ ਤਰ੍ਹਾਂ ਬਣੀ ਹੋਈ ਹੈ ਜਿਵੇਂ ਇਤਿਹਾਸ ਪਹਿਲਾਂ ਬਣੀ ਸੀ। ਜੀ ਭਾਈ ਸਾਹਿਬ ਜੀ ਜੋ ਅੱਜ ਜਲੰਧਰ ਜੋ ਮੀਟਿੰਗ ਸੀਗੀ ਉਹਦੇ ਵਿੱਚ ਜੋ ਅੱਗੇ ਏਜੰਡਾ ਲਿਖਿਆ ਗਿਆ
ਤੇ ਇਸਦੇ ਬਾਰੇ ਵੀ ਸਾਨੂੰ ਜਾਣਕਾਰੀ ਜ਼ਰੂਰ ਦਿਓ ਜੀ। ਹਾਂ, ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਸ਼ਖਸੀਅਤਾਂ ਤਕਰੀਬਨ ਸਾਰੇ ਕਰਾਈਆਂ ਆਈਆਂ ਸੀ ਤੇ ਏਜੰਡਾ ਇਹੀ ਹੈ ਕਿ ਸਾਰਿਆਂ ਦੇ ਸਹਿਮਤੀ ਨਾਲ ਹੀ ਹੋਏਗਾ। 100 ਮੈਂਬਰ ਦੀ ਇੱਕ ਕੀ ਹੈ, ਅਸੀਂ ਸਾਰੀਆਂ ਧਿਰਾਂ ਵਿੱਚ ਲੈ ਕੇ 100 ਮੈਂਬਰ ਦੀ ਇੱਕ ਕਮੇਟੀ ਬਣਾਈ, ਜਿਹਦੇ ਤੋਂ ਅੱਜ ਤਕਰੀਬਨ 70 ਨਾਮ ਜਿਹੜੇ ਨੇ ਉਹ ਨਾਮਜ਼ਦ ਕਰ ਦਿੱਤੇ ਗਏ ਨੇ ਤੇ ਅਗਲੇ ਦਿਨਾਂ 'ਚ ਇੱਕ ਦੋ ਦਿਨ ਛੱਡ ਕੇ ਜਿਹੜੀ ਫਾਈਨਲ ਮੀਟਿੰਗ ਹੋਣੀ ਹੈ ਉਹਦੇ ਵਿੱਚ 100 ਨਾਮ, ਇਸ ਤੋਂ ਵੱਧ ਵੀ ਜੇਕਰ ਕੋਈ ਐਸੇ ਕਿਸੇ ਬੰਦੀਆਂ ਹੋ ਪਾਈਆਂ ਜਿਹੜੀਆਂ ਸਾਡੀ ਯਾਦ ਦੇ ਵਿੱਚ ਨਹੀਂ ਹੈਗੀਆਂ, ਉਹਨਾਂ ਨੂੰ ਵਿੱਚ ਲੈ ਕੇ ਉਹਨਾਂ ਦੇ ਨੁਮਾਇੰਦਿਆਂ ਦੇ ਨਾਮ ਲੈ ਕੇ ਤੇ ਉਹ ਫਿਰ ਤਰਪ ਜਾਏਗਾ ਪਟਰੀ ਦੇ ਵਿੱਚ, ਇਹ ਫਾਈਨਲ ਹੋਇਆ ਜੀ। ਫਿਲਹਾਲ ਇਹ ਹੈ ਕਿ ਜਿਹੜੀਆਂ ਜਥੇਬੰਦੀਆਂ ਜਿਵੇਂ ਅੱਜ ਦੀ ਜਥੇਬੰਦੀ ਕੁਲਦੀਪ ਸਿੰਘ ਜੀ ਵੀ ਆਏ ਸੀ, ਉਹ ਸੰਕੀਰਤਕ ਘਾਣੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਚਲੇ ਆਉਂਦੇ ਨੇ ਉਹ ਉਹਨਾਂ ਦੀ ਨੁਮਾਇੰਦਗੀ ਕਰਦੇ। ਸੋ ਦੂਸਰੇ ਤੌਰ ਤੇ ਇਹ ਕਿਹਾ ਗਿਆ ਕਿ ਜਿਹੜੇ ਫੈਸਲੇ ਅੰਤਮ ਨੇ ਇਹ ਅਸੀਂ 5-6 ਤਰੀਕ ਤੱਕ ਸਾਰੇ ਸੰਸਾਰ ਦੀ ਜਿਹੜੀ ਰਾਏ ਲੈ ਰਹੇ ਹਾਂ ਤੇ ਆਪਣੀ ਰਾਏ ਤੋਂ ਤੇ ਮੌਜੂਦਾ ਹਾਲਾਤ ਦੇ ਵਿੱਚ ਜੋ ਤੁਹਾਨੂੰ ਲੱਗਦਾ ਕਿ ਸਿੱਖਾਂ ਦੇ ਸਿਧਾਂਤ ਮੁਤਾਬਕ ਗਲਤ ਹੋ ਰਿਹਾ ਹੈ ਉਹਨੂੰ ਖਤਮ ਕਰਨ ਦੇ ਲਈ ਅਸੀਂ ਭਵਿੱਖ ਵਿੱਚ ਕੀ ਐਸਾ ਫੈਸਲਾ ਕਰੀਏ ਜਿਹਦੇ ਨਾਲ ਕਿ ਅਸੀਂ ਵਫ਼ਦ ਦੀਆਂ ਹਕੂਮਤਾਂ ਦੀ ਗੁਲਾਮੀ ਤੋਂ ਹੱਟ ਕੇ ਫੈਸਲੇ ਲੈਣ। ਇਹ ਸਾਰੀ ਚੀਜ਼ ਨੂੰ ਅਸੀਂ 5-6 ਤਰੀਕ ਤੱਕ ਵੀ ਇਹ ਟਾਈਮ ਹੈ, ਅਸੀਂ ਆਪਣੀ ਵੈਬਸਾਈਟ ਜਾਰੀ ਕਰ ਦਿੱਤੀ ਹੈ, ਅਸੀਂ ਆਪਣਾ ਪੇਜ ਜਾਰੀ ਕਰ ਦਿੱਤਾ ਹੈ, ਆਪਣਾ ਮੀਨਸ ਖਾਲਸਾ ਦਾ ਸਰਬਤ ਖਾਲਸਾ ਦਾ ਜਿਹੜਾ ਵੈਬਸਾਈਟ ਹੈ ਉਹਦਾ ਨਾਮ ਹੈਗਾ ਜੀ ਆਪਣਾ ਸਰਬਤ ਖਾਲਸਾ 2015.com ਇਹ ਅਸੀਂ ਕੀਤਾ ਜੀ। ਉਹ ਤੋਂ ਬਾਅਦ ਸਾਡੀ ਈਮੇਲ ਹੈ ਸਰਬਤ ਖਾਲਸਾ 2015@gmail.com, ਇਸ ਦਾ ਪੇਜ ਹੈ ਸਾਡਾ ਤੇ facebook.com/ਸਰਬਤ ਖਾਲਸਾ 15, ਇਹ ਸਾਰਿਆਂ ਦੇ ਉੱਤੇ ਤੁਸੀਂ ਅਪਡੇਟ ਦੇ ਵੀ ਸਕਦੇ ਹੋ ਤੇ ਲੈ ਵੀ ਸਕਦੇ ਹੋ। ਇਹ ਜਿਹੜੇ ਫੈਸਲੇ ਨੇ ਨਾ ਜਿਹੜੇ ਇਹ ਅੱਜ ਮਤਲਬ ਕਿ ਕੀਤੇ ਗਏ ਨੇ ਤੇ ਭਵਿੱਖ ਵਿੱਚ 6 ਤਰੀਕ ਅਸੀਂ ਸਾਰੇ ਸੰਸਾਰ ਤੋਂ ਜੋ ਵੀ ਰਾਏ ਆਏਗੀ ਉਹ ਤੋਂ ਬਾਅਦ ਬੈਠ ਜਿਹੜੀ 100 ਮੈਂਬਰਾਂ ਦੀ ਕਮੇਟੀ ਬਣਾਈ ਹੈ ਅਸੀਂ ਜਾਂ ਅਗਲੇ ਦਿਨਾਂ 'ਚ ਪੂਰੀ ਹੋ ਜਾਏਗੀ, 2 ਦਿਨਾਂ 'ਚ 70 ਬੱਚੇ ਅੱਜ ਆ ਗਏ, ਇਹ ਸਾਰੇ ਬੈਠ ਕੇ ਰਾਏ ਕਰਕੇ ਤੇ ਖਾਲਸੇ ਦਾ ਜਿਹੜਾ ਐਲਾਨ ਹੈ ਕੀ ਐਲਾਨ ਕੀਤਾ ਜਾਣਾ ਹੈ ਉਹਦੇ ਬਾਰੇ ਸਾਨੂੰ। ਜੀ ਭਾਈ ਸਾਹਿਬ ਜੀ, ਭਾਈ ਸਾਹਿਬ ਜੀ ਜਿਵੇਂ ਹੁਣ ਆਪਾਂ ਨੂੰ ਪਤਾ ਵੀ ਆਪਣੇ ਜੋ ਅਸੀਂ ਸਰਬੱਤ ਖਾਲਸਾ ਬਣਾਇਆ ਸਮੁੱਚੀ ਸੰਗਤ ਨੇ ਇਹਦੇ ਵਿੱਚ ਸਾਡੀ ਜੋ ਸ਼੍ਰੋਮਣੀ ਕਮੇਟੀ ਆ ਉਹ ਇੱਕ ਨਿਲ ਮਾਤਰ ਜੋ ਆਪਣਾ ਯੋਗਦਾਨ ਜਾਂ ਕਹਿ ਦਈਏ ਵੀ ਆਪਣੀ ਭੂਮਿਕਾ ਕਰ ਰਹੀ ਆ, ਸਰਕਾਰ ਵੀ ਸਾਡੇ ਵਿਰੁੱਧ ਆ ਤੇ ਇਹ ਸਾਨੂੰ ਵੀ ਪਤਾ ਵਾ ਵੀ ਇਹ ਜੋ ਸਰਕਾਰਾਂ ਨੇ ਇਹ ਆਪਣੇ ਇੱਕ ਜੋ ਕਾਰਜ ਇਹਦੇ ਵਿੱਚ ਲਾਜ਼ਮ ਕੁਝ ਨਾ ਕੁਝ ਟਿੱਕਾ ਪੂਰੀ ਕੋਸ਼ਿਸ਼ ਵੀ ਕਰਨਗੀਆਂ ਤਾਂ ਇਹ ਆਪਣਾ ਖਾਸ ਪ੍ਰੋਗਰਾਮ ਲੀਕਾ ਗਿਆ ਜੀ ਅੱਜ ਵਾਲੀ ਮੀਟਿੰਗ ਦੇ ਵਿੱਚ ਤੇ ਇਹਦੇ ਬਾਰੇ ਵੀ ਸਾਨੂੰ ਜੀ ਜ਼ਰੂਰ ਦੱਸਿਓ ਸਾਨੂੰ। ਮੌਜੂਦਾ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦਾ ਜਥੇਬੰਦਕ ਆਰਗੇਨਾਈਜੇਸ਼ਨ ਜਿਹਦੀ ਗੱਲ ਕਰੀਏ ਪਿਛਲੇ 4 ਸਾਲ ਤੋਂ ਭਾਰਤ ਦੀ ਸਰਕਾਰ ਨੇ ਸੁਪਰੀਮ ਕੋਰਟ ਦੇ ਅਧੀਨ ਫੈਸਲਾ ਨਾ ਕਰਕੇ ਸਾਡੀ ਪਾਰਲੀਮੈਂਟ ਭੰਗ ਕੀਤੀ ਹੋਈ ਹੈ, ਜਿਹੜਾ ਦੁਨੀਆਂ ਵਿੱਚ ਕਦੇ ਵੀ ਨਹੀਂ ਹੋ ਸਕਿਆ ਕਿ ਕਿਸੇ ਕੌਮ ਦੀ ਕਿਸੇ ਦੇਸ਼ ਦੀ ਜਿਹੜੀ ਪਾਰਲੀਮੈਂਟ ਹੈ ਉਹ ਉੱਥੋਂ ਦੀ ਅਦਾਲਤ ਕਰ ਸਕੇ। ਜਿਵੇਂ ਭਾਰਤ ਦੀ ਪਾਰਲੀਮੈਂਟ ਨੂੰ ਭਾਰਤ ਦੀ ਸੁਪਰੀਮ ਕੋਰਟ ਨਹੀਂ ਕਰ ਸਕਦੀ, ਪਰ ਪਾਰਲੀਮੈਂਟ ਜਿਹੜੀ ਕਿ ਏਸ਼ੀਆ ਖਿੱਤੇ ਦੀ ਸਭ ਤੋਂ ਪੁਰਾਣੀ ਪਾਰਲੀਮੈਂਟ ਹੈ ਚੁਣੀ ਹੋਈ, ਉਹਦੇ ਚੁਣੇ ਹੋਏ ਨੁਮਾਇੰਦੇ ਨੂੰ ਅੱਜ ਤੱਕ ਮਾਨਤਾ ਨਾ ਦੇ ਕੇ ਫੈਸਲਾ ਨਾ ਸਾਡੀ ਪਾਰਲੀਮੈਂਟ ਤੱਕ ਹੋਈ ਹੈ। ਜਿਹੜਾ ਸ਼੍ਰੋਮਣੀ ਕਮੇਟੀ ਦਾ ਕੰਮ ਹੈ ਉਹ ਕੇਵਲ 2004 ਚੁਣੇ ਗਏ ਮੈਂਬਰ ਐਗਜੈਕਟਿਵ ਤੇ ਪ੍ਰਧਾਨ ਇਹ ਸੁਪਰੀਮ ਕੋਰਟ ਵੱਲੋਂ ਇੱਕ ਰਸੀਵਰ ਦੇ ਤੌਰ ਤੇ ਦਿੱਤੇ ਗਏ ਨੇ ਤੇ ਇਹ ਪੈਸੇ ਦਾ ਹਿਸਾਬ ਕਿਤਾਬ ਜਿਹੜਾ ਹੈ ਉਹ ਗੁਰਦੁਆਰਾ ਸਾਹਿਬਾਨ ਦਾ ਕਰਨਗੇ ਤੇ ਉਸ ਤੋਂ ਹੀ ਇੰਨੇ ਵੱਡੇ ਫੈਸਲੇ ਕਰਵਾਏ ਜਾ ਰਹੇ ਨੇ। ਸੋ ਅੱਜ ਦੀ ਡੇਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਹਾਊਸ ਜਿਹੜਾ ਹੈ ਉਹਨੂੰ ਮਾਨਤਾ ਦਿੱਤੀ ਗਈ ਤੇ ਇਹ ਵੀ ਜਿਹੜਾ ਇੱਕ ਬਹੁਤ ਵੱਡਾ ਇਸ਼ੂ ਹੈ ਜੋ ਅਸੀਂ ਖਾਲਸਾ ਦੇ ਵਿੱਚ ਸੰਗਤ ਦੇ ਸਾਹਮਣੇ ਰੱਖਿਆ ਹੈ। ਦੂਸਰੇ ਪਾਸੇ ਤੁਸੀਂ ਕਿਹਾ ਕਿ ਜੇ ਸਰਕਾਰ ਕਰੇਗੀ, ਸਰਕਾਰ ਨੇ ਹੁਣ ਜੋ ਜਿਵੇਂ ਬਰਗਾੜੀ ਵਿੱਚ ਹੋਇਆ ਹੈ, ਬਹਿਬਲ ਕਲਾਂ ਚ ਹੋਇਆ ਹੈ, ਉਹ ਬੱਚੇ ਸਾਡੇ ਸ਼ਹੀਦ ਹੋ ਕੇ 2 ਨਜਾਇਜ਼ ਫੜੇ ਹੋਏ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਐਲਾਨੀਆ ਤੌਰ ਤੇ ਯੋਜਨਾਬੱਧ ਤਰੀਕੇ ਨਾਲ ਬੇਹੁਰਮਤੀ ਹੋਈ ਹੈ ਆਪਣਾ, ਇਹ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਇਹਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਸਿੱਖ
ਹੋ ਗਏ ਨੇ, ਪਰ ਫਿਰ ਵੀ ਜੇ ਸਰਕਾਰ ਕੋਈ ਤੀਜੇ ਕਲਚਰ ਦੇ ਨਜਾਇਜ਼ ਨਾਲ ਕਰਨਾ ਚਾਹੇਗੀ ਤਾਂ ਉਸਦਾ ਮੁਕਾਬਲਾ ਸੰਗਤ ਬਹੁਤ ਹੀ ਹਲੀਮੀ ਬੜੀ ਸੋਚ ਨਾਲ ਦਊਗੀ। ਹੁਣ ਦੁਨੀਆਂ ਦੇ ਵਿੱਚ ਇਹ ਗੱਲ ਜਿਹੜੀ ਇਤਿਹਾਸ ਹੈ, ਇਸ ਸਿੱਖ ਨਾ ਤਾਂ ਗਲਤ ਫੈਸਲੇ ਲੰਮੇ ਸਮੇਂ ਤੱਕ ਕਰਦੇ ਨੇ ਤੇ ਨਾ ਹੀ ਕਿਸੇ ਸਰਕਾਰ ਤੋਂ ਡਰ ਕੇ ਫੈਸਲੇ ਦੁੱਧਦੇ ਨੇ। ਅਜਿਹੀ ਭਾਵਨਾ ਜਿਹੜੀ ਹੈ ਅੱਜ ਦੀ ਮੀਟਿੰਗ ਚ ਵੀ ਦੇਖੀ ਗਈ ਹੈ ਤੇ ਤਕਰੀਬਨ ਅੱਜ ਸਾਰ ਪੰਜਾਬ ਅਸੀਂ ਘੁੰਮਦੇ ਹਾਂ, ਪਿਛਲੇ ਦੋ ਹਫ਼ਤੇ ਹੋ ਗਏ ਨੇ, ਤੇ ਭਾਵਨਾ ਜਿਹੜੀ ਹੈ ਇਹ ਆਈ ਜਾ ਰਹੀ ਹੈ। ਜੇ ਸਰਕਾਰ ਬੇਵਕੂਫੀ ਕਰੇਗੀ ਤਾਂ ਉਹਦਾ ਖਮਿਆਜਾ ਫਿਰ ਸਰਕਾਰ ਨੂੰ ਬੜੀ ਵੱਡੀ ਪਹਿਲਾਂ ਵੀ ਭੁਗਤ ਰਹੀ ਹੈ ਤੇ ਅੱਗੋਂ ਵੀ ਭੁਗਤਣਾ ਪਊਗਾ। ਭਾਈ ਸਾਹਿਬ ਜੀ, ਭਾਈ ਸਾਹਿਬ ਜੀ, ਇੱਕ ਜੋ ਅੱਜ ਕੱਲ ਹੋਰ ਪਨਸੋਹਾਂ ਮਿਲ ਰਹੀਆਂ, ਮਤਲਬ ਖਬਰਾਂ ਆ ਰਹੀਆਂ ਆਪਣੇ ਜੋ ਆਪਣੇ ਫੇਸਬੁੱਕ ਤੇ ਜਾਂ ਵਟਸਐਪ ਤੇ, ਆਪਾਂ ਤਾਂ ਲੱਗਦਾ ਕਿਉਂਕਿ ਜੋ ਮੀਡੀਆ ਉਹ ਖਬਰ ਦੇ ਨਹੀਂ ਰਿਹਾ ਹੈਗਾ, ਬਾਦਲ ਸਾਹਿਬ ਕੋਲ ਇੱਕ ਮੰਗ ਪੱਤਰ ਲੈ ਕੇ ਗਏ ਸੀਗੇ ਜਿਹਦੇ ਵਿੱਚ ਇਹਨਾਂ ਨੇ ਵੀ ਸ਼ਰਤਾਂ ਰੱਖੀਆਂ ਸੀਗੀਆਂ। ਜੇ ਕਿਤੇ ਜੀ ਬਾਦਲ ਸਾਹਿਬ ਇਹ ਜਾਂ ਜੋ ਆਪਣੇ ਜਾਂ ਸ਼੍ਰੋਮਣੀ ਕਮੇਟੀ ਮਿਲ ਕੇ ਜਾਂ ਇਹ ਸੰਤ ਸਮਾਜ ਮਿਲ ਕੇ ਕਿਉਂਕਿ ਪਿਛਲੇ 25 ਸਾਲ ਦਾ ਜੇ ਅਸੀਂ ਲੇਖਾ ਜੋਖਾ ਕਰੀਏ, ਖਾਸ ਕਰ ਕੋਈ ਲੈ ਕੇ 36 ਸਾਲ ਦੇ ਕਰੀਏ, ਤਾਂ ਬੜੀ ਵਾਰ ਕੌਮ ਸਾਹਮਣੇ ਸਵਾਲ ਆਏ ਨੇ ਤੇ ਅੱਜ ਬਾਅਦ ਕੌਮ ਹੁਣ ਕਰੂਗੀ। 1984 ਤੋਂ ਬਾਅਦ, 1970 ਤੋਂ ਬਾਅਦ, 1999 ਤੋਂ ਬਾਅਦ, 1994-95 ਜਦੋਂ ਸਿੱਖਾਂ ਦੇ ਕਤਲੇਆਮ ਹੋਏ ਨੇ, ਉਸ ਦਾ ਟਾਈਮ ਜਿਹੜਾ ਹੈ ਸਿੱਖਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਖਾਸ ਕੀਤਾ ਕਿ ਸ਼ਾਇਦ ਜਿਹੜਾ ਹੈ ਉਹ ਹਜੇ ਅਸੀਂ ਸੋਚ ਸਮਝ ਕੇ ਠੀਕ ਤਰ੍ਹਾਂ ਚਲਾ ਸਕੀਏ। ਪਰ ਜਿਹੜਾ ਇਹ ਹੁਣ ਹੋਇਆ ਇਹ ਪਹਿਲਾਂ ਕਦੇ ਨਹੀਂ ਸੀ ਹੋਇਆ। ਜਿਹੜਾ ਤੁਹਾਡਾ ਸਵਾਲ ਹੈ ਉਹ ਉੱਥੇ ਖੜਾ ਹੈ ਕਿ ਜੇਕਰ ਇਹਨਾਂ ਦੇ ਥੋੜਾ ਬਹੁਤਾ ਜਿਵੇਂ ਜਥੇਦਾਰਾਂ ਨੂੰ ਹਟਾ ਦੇਣਾ, ਤਾਂ ਪਹਿਲਾਂ ਫੈਸਲਾ ਬਦਲਵਾਤਾ, ਪਹਿਲਾਂ ਕਰਤਾ, ਫਿਰ ਉਹਨੂੰ ਉਹਦੀ ਮਾਫ਼ੀਨਾਮਾ ਰੱਦ ਕਰ ਦਿੱਤਾ, ਸਾਰੇ ਹਥਕੰਡੇ ਸਰਕਾਰ ਵਰਤ ਦੇਖ ਚੁੱਕੀ ਹੈ। ਇਹਦੇ ਨਾਲ ਸਰਬ ਖਾਲਸਾ ਦੇ ਉੱਤੇ ਕੋਈ ਅਸਰ ਨਹੀਂ ਪੈਣਾ ਹੈ। ਸਰਬ ਖਾਲਸਾ ਕੱਲ ਰੂਪ ਵਿੱਚ 10 ਨਵੰਬਰ ਨੂੰ ਹੋਣਾ ਹੀ ਹੋਣਾ ਹੈ ਤੇ ਪੰਥ ਨੇ ਇਹਨਾਂ ਮਸਲਿਆਂ ਤੋਂ ਬਿਨਾਂ ਹੋਰ ਮਸਲੇ ਵੀ ਲੈਣੇ ਨੇ ਤੇ ਖਾਸ ਤੌਰ ਤੇ ਅਕਾਲ ਸਾਹਿਬ ਦੇ ਹੋਰ ਜਿੱਥੇ ਜਿਹੜੇ ਤਖ਼ਤ ਨੇ ਸਾਡੇ, ਉਹਨਾਂ ਦੀ ਜਿਹੜੀ ਪ੍ਰਭੂ ਸੱਤਾ ਹੈ, ਜਿਹੜਾ ਉਹਨਾਂ ਦੀ ਸੋਵਰੇਨਿਟੀ ਹੈ, ਜੋ ਉਹਨਾਂ ਦੀ ਨੇਚਰ ਹੈ, ਜਿਹੜਾ ਨੇਚਰ ਹੈ ਸਾਡਾ ਮਿਲਟਰੀ ਦਾ ਸਿਧਾਂਤ ਹੈ, ਉਹਨੂੰ ਕਿਵੇਂ ਅਸੀਂ ਮਤਲਬ ਕਿ ਹਕੂਮਤੀ ਗੁਲਾਮੀ ਤੋਂ ਕੱਟ ਕੇ ਸਿੱਖ ਸੋਚ ਦੀ ਆਜ਼ਾਦੀ ਦੇ ਵਿੱਚ ਲੈ ਕੇ ਜਾਣਾ ਹੈ। ਇਹ ਜਿਹੜੇ ਵੱਡੇ ਫੈਸਲੇ ਨੇ ਇਹ ਸਰਬ ਖਾਲਸਾ ਨੇ ਕਰਨੇ ਨੇ, ਉਹਦੇ ਨਾਲ ਇਹਨਾਂ ਛੋਟੇ ਜਿਹੜੇ ਵਕਤੀ ਰੰਗ ਫੈਸਲੇ ਜੇ ਬਾਦਲ ਸਰਕਾਰ ਜਾਂ ਕੋਈ ਸਰਕਾਰ ਕਰਨਾ ਚਾਹੂਗੀ, ਉਹ ਜਿਹੜੇ ਨੇ ਉਹ ਉਸ ਨਾਲ ਸਰਬ ਖਾਲਸਾ ਦੇ ਹੋਣ ਜਾਂ ਨਾ ਹੋਣ ਦੇ ਉੱਤੇ ਕੋਈ ਅਸਰ ਨਹੀਂ ਕਰ ਸਕਦਾ। ਇਹ ਜਿਹੜੇ ਫੈਸਲੇ ਨੇ ਇਹ ਹੁਣ ਬਹੁਤ ਛੋਟੇ ਰਹਿ ਗਏ ਨੇ, ਪੰਥ ਸਾਹਮਣੇ ਹੁਣ ਆਪਣੇ ਭਵਿੱਖ ਨੂੰ ਆਜ਼ਾਦ ਸੱਤਾ ਦੇ ਤੌਰ ਤੇ ਆਪਣੇ ਜਥੇਦਾਰਾਂ ਦੀਆਂ ਅਪੁਆਇੰਟਮੈਂਟਸ, ਉਹਨਾਂ ਦੀਆਂ ਸਰਵਿਸ ਦੀਆਂ ਸ਼ਰਤਾਂ, ਉਹਨਾਂ ਵੱਲੋਂ ਲੈ ਜਾਣ ਵਾਲੇ ਫੈਸਲੇ, ਉਹਨਾਂ ਦਾ ਫੈਸਲਿਆਂ ਦਾ ਸਿੱਖ ਭਵਿੱਖ ਵਿੱਚ ਅਸਰ, ਇਹ ਵੱਡੇ ਫੈਸਲੇ ਜਿਹੜੇ ਨੇ ਇਹਨਾਂ ਦਾ ਨਿਰਣਾ ਕਰਨਾ ਹੈ ਕੌਮ ਨੇ। ਇਹਦੇ ਨਾਲ ਜਿਹੜੇ ਆ ਛੋਟੇ ਫੈਸਲੇ ਜੇ ਕਿਸੇ ਨੂੰ ਹਟਾਤਾ ਜਾਂ ਲਗਾਤਾਰ ਨਵਾਂ ਲਗਾਤਾਰ, ਇਸ ਚੀਜ਼ ਦਾ ਕੋਈ ਅਸਰ ਨਹੀਂ ਹੋ ਸਕਦਾ ਜੀ। ਹੁਣ ਜਿਹੜੀ ਕੌਮ ਹੈ ਉਹ ਫੈਸਲੇ ਦੇ ਉੱਤੇ ਅੱਜ ਖੜੀ ਕਰਕੇ ਉਹ ਫੈਸਲਾ ਚਾਹੁੰਦੀ ਹੈ। ਜੀ ਭਾਈ ਸਾਹਿਬ ਜੀ, ਭਾਈ ਸਾਹਿਬ ਮਹਿੰਦਰਪਾਲ ਸਿੰਘ ਜੀ, ਇੱਕ ਜੋ ਸਭ ਤੋਂ ਅਹਿਮ ਆਪਣਾ ਜੋ ਸਵਾਲ ਹੈ, ਜੋ ਆਪਣੇ ਪਿਛਲੇ ਕਾਫੀ ਦਿਨਾਂ ਤੋਂ ਇਸ ਬਾਰੇ ਕਾਫੀ ਜ਼ਿਆਦਾ ਧਿਆਨ ਸੰਗਤ ਦਾ ਵੀ ਹੋਇਆ, ਜਿਵੇਂ ਆਪਣੇ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਜਿਹਨੂੰ ਆਪਾਂ ਕਹਿੰਦੇ ਆ, ਤੇ ਉਹਨਾਂ ਨੇ ਇੱਕ ਫੈਸਲਾ ਲਿਆ ਸੀਗਾ, ਤੇ ਇਹ ਕਿਤੇ ਆਪਾਂ ਇਹ ਸਰਬੱਤ ਖਾਲਸੇ ਦੇ ਵਿੱਚ ਪੰਜਾਂ ਪਿਆਰਿਆਂ ਨੂੰ ਵਾਂਗ ਡੋਰ ਦਿੰਦੇ ਹਾਂ, ਤੇ ਇਹਦੇ ਵਿੱਚ ਇਹ ਆਪਣੇ ਲਈ ਇੱਕ ਸਕਸੈਸਫੁਲ ਕਦਮ ਹੋਊਗਾ, ਇਹਦੇ ਬਾਰੇ ਵੀ ਸਾਨੂੰ ਜ਼ਰੂਰ ਦੱਸੋ ਵੀ ਉਹ ਪੰਜ ਪਿਆਰਿਆਂ ਦਾ ਸਰਬੱਤ ਖਾਲਸੇ ਦੇ ਵਿੱਚ ਕੀ ਰੋਲ ਹੋ ਸਕਦਾ ਹੈ। ਦੇਖੋ, ਇਸ ਵਿੱਚ ਸਾਨੂੰ ਆਪਣੇ ਡਾਕਟਰਾਈਨ ਤੇ ਆਪਣੇ ਸਿਧਾਂਤ ਵਿੱਚ ਜਾਣਾ ਪਏਗਾ ਜੀ।
ਇਤਿਹਾਸ ਕਹਿੰਦਾ ਹੈ ਕਿ ਇੱਥੇ ਸਿੱਖ ਧਰਮ ਪਿਆਰੇ ਸਭ ਉੱਪਰ ਮੰਨੇ ਜਾਂਦੇ ਨੇ, ਇਹਦੇ ਵਿੱਚ ਬ੍ਰਾਹਮਣ ਹਨ ਤੇ ਉਹੀ ਰੋਲ ਜਿਹੜਾ ਹੈ ਹੁਣ ਵੀ ਪੰਜ ਪਿਆਰੇ ਨਿਭਾਇਆ। ਉਹਨਾਂ ਨੂੰ ਪਹਿਲਾਂ ਕਰ ਦਿੱਤਾ, ਪ੍ਰਤਿਹਾਰ ਕਰ ਦਿੱਤਾ, ਇਹ ਜਿਹੜਾ ਇੱਕ ਹਕੂਮਤ ਡਰਾਮਾ ਹੈ ਉਹ ਚੱਲੀ ਜਾ ਰਿਹਾ ਹੈ। ਸਵਾਲ ਹੈ ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤਾਂ ਦੇ ਜਥੇਦਾਰ ਨੂੰ ਹਟਾਉਣ ਦਾ, ਉਹਦੇ ਵਿੱਚ ਪੰਜ ਪਿਆਰੇ ਬਿਲਕੁਲ ਸਮਰਥ ਨੇ। ਪਰ ਇੱਥੇ ਮੈਂ ਇੱਕ ਜ਼ਰੂਰ ਗੱਲ ਕਰਨਾ ਚਾਹਾਂਗਾ ਕਿ ਇਹ ਵੀ ਵਿਚਾਰ ਚੱਲ ਰਹੀ ਹੈ ਕਿ ਕੱਲ ਹਕੂਮਤਾਂ ਕੋਈ ਹੋਰ ਪੰਜ ਪਿਆਰੇ ਸਾਹਿਬ ਐਸਾ ਨਾ ਕੌਮ ਚੋ ਸਿੱਖਣ ਜਿਹਦਾ ਕੌਮ ਜਿਹੜਾ ਖੁਦਾਈ ਹੋਵੇ। ਹੁਣ ਇੱਥੇ ਗੱਲ ਇਹੀ ਕਰਨੀ ਬਣਦੀ ਹੈ ਕਿ ਪੰਜ ਪਿਆਰੇ ਸਭ ਤੋਂ ਉੱਪਰ ਮੰਨੇ ਜਾਂਦੇ ਨੇ। ਜਿੱਥੋਂ ਤੱਕ ਜਥੇਦਾਰਾਂ ਦੀ ਜਿਹੜੀ ਹੈਗੀ ਆ ਇੰਪੀਚਮੈਂਟ ਹਟਾਉਣ ਦੀ ਗੱਲ ਹੈ, ਉਹਦਾ ਜਿਹੜਾ ਅਧਿਕਾਰ ਹੈ ਉਹ ਪੰਜ ਪਿਆਰੇ ਜਿਹੜੇ ਨੇ ਉਹ ਸਰਬੱਤ ਖਾਲਸਾ ਦੇ ਵਿੱਚ ਆਪਣਾ ਮੁੱਦਾ ਰੱਖਣ ਤੇ ਸਰਬੱਤ ਖਾਲਸਾ ਦੀ ਪ੍ਰਵਾਨਗੀ ਲੈ ਕੇ ਜਿਹੜਾ ਸਾਡਾ ਪਿੱਛੇ ਵਿਰਾਸਤ ਹੈ, ਜੋ ਸਾਡਾ ਇਤਿਹਾਸ ਹੈ, ਉਹਦੇ ਵਿੱਚ ਇਹ ਬਹੁਤ ਵਧੀਆ ਗੱਲ ਹੋਏਗੀ ਕਿ ਪੰਜ ਪਿਆਰੇ ਸਨ ਜੀ ਹੈ ਉਹ ਸਰਬੱਤ ਖਾਲਸਾ ਵਾਲੇ ਜਿਹੜਾ ਹੋਣਾ ਹੈ ਸੰਗਤ ਦਾ ਉਹਦੇ ਵਿੱਚ ਆਉਣ ਦੀ ਗੱਲ ਕਹਿਣ ਤੇ ਉਹਦੇ ਸਰਬੱਤ ਖਾਲਸਾ ਦੀ ਮੋਹਰ ਲਵਾਉਣ, ਜਿਹਦੇ ਨਾਲ ਭਵਿੱਖ ਵਿੱਚ ਵੀ ਜਿਹੜੇ ਪੰਜ ਪਿਆਰੇ ਦੀ ਜਿਹੜੀ ਸਾਡੀ ਸੰਸਥਾ ਹੈ ਉਹਦੀ ਸੁਪਰਮੈਸੀ ਕਾਇਮ ਰਹੇਗੀ ਤੇ ਉਹਦੇ ਤੋਂ ਬਾਅਦ ਜਿਹੜੇ ਸਾਡੇ ਸਿੰਘ ਸਾਹਿਬ ਹੋਣਗੇ ਭਵਿੱਖ ਵਿੱਚ ਜੋ ਚੁਣਾਂਗੇ ਉਹਨਾਂ ਨੂੰ ਲਗਾਉਣ ਤੇ ਉਹਨਾਂ ਨੂੰ ਹਟਾਉਣ ਦਾ ਜਿਹੜਾ ਫੈਸਲਾ ਹੈ ਉਹ ਸਰਬੱਤ ਖਾਲਸਾ ਕੋਲ ਰਿਜ਼ਰਵ ਰਹਿ ਸਕੇਗਾ ਜਿਹੜਾ ਸਾਡਾ ਇਤਿਹਾਸ ਹੈ। ਇਹਦੇ ਨਾਲ ਆਪਣੇ ਜੋ ਕੱਲ ਜੋ ਚੱਲ ਰਿਹਾ ਪੰਜਾਬ ਦੇ ਵਿੱਚ, ਜਿਵੇਂ ਹੁਣ ਕੱਲ ਆਪਣੇ ਉੱਥੇ ਮੋਹਾਲੀ ਵਿੱਚ ਜੋ ਸਤਰਤ ਹੋਇਆ ਸੀਗਾ 8 ਤੇ 3 ਤਰੀਕ ਨੂੰ ਵੀ ਇਹਨਾਂ ਨੇ ਕੋਈ ਆਪਣਾ ਪ੍ਰੋਗਰਾਮ ਦਾ ਵੀ ਉਸ ਕਰਨਾ ਪੂਰੇ ਪੰਜਾਬ ਵਿੱਚ ਕਾਲੇ ਫਲੈਗ ਲੈ ਕੇ, ਤੇ ਉਸ ਤੋਂ ਬਾਅਦ ਵੀ ਇਹਨਾਂ ਨੇ ਇੱਕ ਦੋ ਪ੍ਰੋਗਰਾਮ ਹੋਰ ਲਿਖੇ ਆ ਜੋ ਉਹ ਵੀ ਪ੍ਰੋਗਰਾਮ ਲੀਕ ਰਹੇ ਆ ਕਿ ਉਹਦੇ ਤੇ ਵੀ ਸਾਨੂੰ ਥੋੜਾ ਧਿਆਨ ਰੱਖਣਾ ਪਊਗਾ ਵੀ ਇਹਦੇ ਨਾਲ ਵੀ ਸਾਡੇ ਸਰਬੱਤ ਖਾਲਸਾ ਕੋਈ ਸੰਗਤ ਨੂੰ ਇਕੱਤਰ ਹੋਣ ਦੇ ਵਿੱਚ ਜਾਂ ਜਿਵੇਂ ਆਪਣਾ ਤੌਰ ਤੇ ਪੰਜਾਬ ਬੰਦ ਕਰਦੇ ਆ ਇਹਦੇ ਬਾਰੇ ਵੀ ਕੁਛ ਪਲੈਨਿੰਗ ਪਾਈ ਹੋ ਵੀ ਜਾ ਰਹੇ ਨੇ ਇਕੱਤਰ ਹੋ ਕੇ, ਇਹਦੇ ਬਾਰੇ ਵੀ ਸਾਨੂੰ ਦੱਸਿਆ ਵੀ ਇਹਦਾ ਕੋਈ ਆਪਣੇ ਸਰਬੱਤ ਖਾਲਸੇ ਦੇ ਨਾਲ ਕੁਛ ਤਾਲਮੇਲ ਤਾਂ ਨਹੀਂ ਹੈਗਾ ਜੀ। ਤਾਲਮੇਲ ਤਾਂ ਦੇਖੋ ਸੰਗਤ ਦੇ ਹੀ ਆਉਣੀ ਹੈ ਸਰਬੱਤ ਖਾਲਸਾ ਦੇ ਵਿੱਚ ਜੀ। ਜਿੱਥੋਂ ਤੱਕ ਤੁਸੀਂ ਪ੍ਰੋਗਰਾਮ ਦੀ ਗੱਲ ਕਰਦੇ ਹੋ, ਜਿਹੜਾ ਕੱਲ ਪ੍ਰੋਗਰਾਮ ਹੋਇਆ ਇਹ ਸਾਰਾ ਬਰਗਾੜੀ ਵਿੱਚ ਐਲਾਨ ਦਿੱਤਾ ਗਿਆ ਸੀ, ਉਹਦੇ ਮੁਤਾਬਕ ਹੀ ਸਾਹਿਬ ਜੀ ਦੇ ਭੋਗ ਪਏ ਨੇ। 30 ਤਰੀਕ ਨੂੰ ਸਾਰੇ ਪ੍ਰਚਾਰਕ ਇਕੱਠੇ ਉੱਥੇ ਗਏ ਨੇ, ਜੋ ਵੀ ਅੱਗੇ ਮੀਟਿੰਗ ਆਇਆ ਉਹਨਾਂ ਨੂੰ ਕਰਨਾ ਪਿਆ। ਤੋ ਇਹ ਇਤਿਹਾਸ ਪਹਿਲੀ ਵਾਰ ਹੋਇਆ ਹੈ ਕਿ ਸਿੱਖਾਂ ਨੇ ਇੱਕ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਹੋਇਆ ਇਹ ਸੰਕੇਤ ਦਿੱਤਾ ਤੂੰ ਸਿੱਖਾਂ ਦੇ ਬੱਚਿਆਂ ਦਾ ਖੂਨ ਪੀਣਾ ਚਾਹੁੰਦੀ ਹੈ ਤਾਂ ਸਾਡਾ ਖੂਨ ਜਿਹੜਾ ਤੂੰ ਅਸੀਂ ਆਪ ਦੇ ਦਿੰਦੇ ਇਤਿਹਾਸ ਬੁਝਾਣਾ ਸਾਡੇ ਸਿੱਖਾਂ ਦੇ ਬੱਚਿਆਂ ਦਾ ਖੂਨ ਪਾਰ ਕਰਨਾ ਸੀ। ਤੋ ਇਹ ਜਿਹੜਾ ਅਗਲਾ ਪ੍ਰੋਗਰਾਮ ਤਰੀਕ ਵਾਲਾ ਹੈ ਇਹ ਵੀ ਗਾੜੀ ਪਿੱਛੇ ਐਲਾਨ ਕਰ ਦਿੱਤਾ ਗਿਆ। ਉਸ ਤੋਂ ਬਾਅਦ ਜਿਹੜਾ ਅਗਲਾ ਹੈ ਉਹ ਸਿਰਫ ਦੀਵਾਲੀ ਜਿਹੜੀ ਹੈ ਉਹ ਇਸ ਵਾਰ ਨਹੀਂ ਮਨਾਉਣੀ ਹੈ, ਕੌਮ ਨੇ ਕਾਲੀ ਦੀਵਾਲੀ ਮਨਾਉਣੀ ਹੈ, ਉਹਦਾ ਹੀ ਪ੍ਰੋਗਰਾਮ ਹੈਗਾ। ਜਿਹੜਾ ਪ੍ਰੋਗਰਾਮ ਹੈ ਉਹ ਫਿਰ 15 ਤਰੀਕ ਤੋਂ ਸ਼ੁਰੂ ਕਰਨਾ ਹੈ, ਇਸ ਲਈ ਇਹਦੇ ਵਿੱਚ ਕੋਈ ਕਲੈਸ਼ ਨਹੀਂ ਹੈ, ਆਪਸ ਵਿੱਚ ਕੋਈ ਆਪਣਾ ਵਿਰੋਧ ਨਹੀਂ ਹੈ ਇਹਨਾਂ ਪ੍ਰੋਗਰਾਮਾਂ ਦਾ। 3 ਤਰੀਕ ਤੋਂ ਬਾਅਦ ਸਾਰੀਆਂ ਸੰਗਤਾਂ ਦੀ ਜਿਹੜੀ ਤਿਆਰੀ ਹੈ ਅਵੇਅਰਨੈਸ ਹੁਣ ਵੀ ਚੱਲ ਰਹੀ ਹੈ ਉਹ ਸਰਬੱਤ ਖਾਲਸਾ ਵਾਲੀ ਸਿਰਜਤ ਹੋਏਗੀ ਤੇ ਅਗਲੇ ਸਫ਼ੇ ਜਿਹੜੇ ਨੇ ਉਹ ਖਾਲਸਾ ਤੋਂ ਬਾਅਦ ਲੈ ਜਾਣਗੇ। ਦੀਵਾਲੀ ਦਾ ਉਤਸਵ ਹੈਗਾ, ਦੀਵਾਲੀ ਦੇ ਤੌਰ ਤੇ ਤਾਂ ਇਹੀ ਐਲਾਨ ਕੀਤਾ ਗਿਆ ਹੈ ਕਿ ਜਿਹੜੀ ਦੀਵਾਲੀ ਦਾ ਸਵਾਰ ਸਿੱਖ ਕੌਮ ਕਿਉਂਕਿ ਉਹਨਾਂ ਦੇ ਗੁਰੂ ਦੀ ਬਹੁਤ ਬੇਅਦਬੀ ਕੀਤੀ ਗਈ ਹੈ, ਇਸ ਲਈ ਦੀਵਾਲੀ ਮਨਾਉਣ ਦਾ ਸਾਨੂੰ ਕੋਈ ਸਬਬ ਲੱਗਦਾ ਨਹੀਂ ਹੈ। ਦੀਵਾਲੀ ਦਾ ਬੰਦੀ ਛੋੜ ਦਿਵਸ ਜਿਹਨੂੰ ਆਪਾਂ ਸਿੱਖ ਯਾਦ ਕਰਦੇ ਹਾਂ ਉਹਦੇ ਤੇ ਇਸ ਵਾਰੀ ਦੀਪਮਾਲਾ ਤੇ ਆਤਿਸ਼ਬਾਜ਼ੀ ਵੀ ਕੀਤੀ ਜਾਏਗੀ। ਗੁਰੂ ਘਰਾਂ ਵਿੱਚ ਜਾਵਾਂਗੇ, ਗੁਰੂ ਨੂੰ ਨਮਸਕਾਰ ਕਰਾਂਗੇ ਤੇ ਉਸ ਤੋਂ ਆਪਣਾ ਜਿਹੜੀ ਸਿੱਖਿਆ ਹੈ ਉਹ ਜ਼ਰੂਰ ਲਵਾਂਗੇ। ਸੋ ਇਸ ਤਰ੍ਹਾਂ ਦਾ ਪ੍ਰੋਗਰਾਮ ਹੈ, ਉਹਦਾ ਸਰਬੱਤ ਖਾਲਸਾ ਦੇ ਪ੍ਰੋਗਰਾਮਾਂ ਨਾਲ ਕੋਈ ਕਲੈਸ਼ ਨਹੀਂ ਹੈ, ਆਪਾਂ ਵਿਰੋਧ ਨਹੀਂ। ਹਾਂਜੀ ਸਾਹਿਬ ਜੀ, ਭਾਈ ਸਾਹਿਬ ਜੀ, ਅੱਜ ਆਪਣੇ ਦੋ ਪ੍ਰਦੇਸ਼ਾਂ ਦੇ ਵਿੱਚ ਜਿਵੇਂ ਅਮੈਰੀਕਾ ਕੈਨੇਡਾ
ਹੋਰ ਕੰਟਰੀਆਂ ਦੇ ਵਿੱਚ ਸਥਾਨਕ ਉਹਨਾਂ ਦੇ ਵਿੱਚੋਂ ਵੀ ਅੱਜ ਇੱਕ ਨੁਮਾਇੰਦੇ ਆਏ ਸੀਗੇ ਤੇ ਉਹਨਾਂ ਦਾ ਆਪਣੇ ਸਰਬੱਤ ਖਾਲਸੇ ਦੇ ਵਿੱਚ ਮਤਲਬ ਕਿ ਜੋ ਉਹਨਾਂ ਦਾ ਕੋਈ ਕੀ ਯੋਗਦਾਨ ਆ ਜਾਂ ਉਹਨਾਂ ਦਾ ਉਹ ਕੀ ਰੋਲ ਨਿਭਾ ਰਹੀਆਂ ਕਿਉਂਕਿ ਵਿਦੇਸ਼ਾਂ ਦੇ ਵਿੱਚ ਕਾਫੀ ਸੰਗਤਾਂ ਸਰਬੱਤ ਖਾਲਸੇ ਪ੍ਰਤੀ ਕਾਫੀ ਟੈਂਟ ਜਾਗਰਤ ਆ ਅੱਜ ਕੁਝ ਪਤਾ ਵੀ ਲੱਗਾ ਖਬਰਾਂ ਆਈਆਂ ਸੀਗੀਆਂ ਵੀ ਕੁਝ ਆਪਣੇ ਡੈਲੀਗੇਟ ਆਏ ਵੀ ਨੇ ਉਹ ਅਮੈਰਿਕਾ ਤੋਂ ਆਏ ਨੇ ਜਾਂ ਕੈਨੇਡਾ ਤੋਂ ਹੋਰ ਕੰਟਰੀਆਂ ਦੇ ਵਿੱਚ ਆਏ ਨੇ ਔਰ ਦੇਸ਼ਾਂ ਦੀ ਸੰਗਤ ਦਾ ਜੀ ਆਪਣੇ ਸਰਬੱਤ ਖਾਲਸੇ ਬਾਰੇ ਕੀ ਹੈਗਾ ਪ੍ਰਤੀਕਰਮ ਤੁਹਾਨੂੰ ਤਾਂ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਹੋਊਗੀ ਤਕਰੀਬਨ ਸਾਰੀ ਦੁਨੀਆਂ ਤੋਂ ਸਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਸੁਨੇਹੇ ਆਏ ਨੇ ਕੋਈ ਵਟਸਐਪ ਰਾਹੀਂ ਆਏ ਨੇ ਕੁਝ ਫੋਨ ਕਰਕੇ ਆਏ ਨੇ ਕੁਝ ਈਮੇਲ ਰਾਹੀਂ ਆਏ ਨੇ ਉੱਥੇ ਬੁੱਕ ਵੱਡੀਆਂ ਤਿਆਰੀਆਂ ਚੱਲ ਰਹੀਆਂ ਨੇ ਖਾਲਸਾ ਵਾਸਤੇ ਉਹ ਦੂਜਾ ਬੁੱਕ ਕਰਵਾ ਰਹੇ ਨੇ ਇਸ ਤਰ੍ਹਾਂ ਜਿਵੇਂ ਕੈਲੀਫੋਰਨੀਆ ਦੀਆਂ 59 ਗੁਰਦੁਆਰਾ ਕਮੇਟੀਆਂ ਤੇ ਹੋਰ ਸੰਸਥਾਵਾਂ ਦੀਆਂ ਕਮੇਟੀਆਂ ਨੇ ਇਕੱਠੇ ਹੋ ਕੇ ਫਸਲ ਦੇ ਹੱਥ ਚ ਸਾਨੂੰ ਪਹਿਲੇ ਹੀ ਮਤਲਬ ਕਿ ਇੱਕ ਆਪਣੀ ਸਹਿਮਤ ਦਿੱਤੀ ਹੈ ਤੁਸੀਂ ਬੈਠੇ ਹੋ ਜਿਥੋਂ ਵੀ ਸਾਰੇ ਅਰਬ ਦੇ ਜਿਹੜੇ ਆਪਣੇ ਦੇਸ਼ ਨੇ ਉਹਨਾਂ ਦੇ ਜਿਹੜੇ ਸਿੱਖ ਨੁਮਾਇੰਦੇ ਨੇ ਉਹਨਾਂ ਤੋਂ ਵੀ ਆਪਣੀ ਯੈਸ ਜਿਹੜੀ ਹੈ ਫੋਨ ਰਾਹੀਂ ਉਹਨਾਂ ਨੂੰ ਭੇਜ ਦਿੱਤੀ ਹੈ ਤੇ ਇੱਕ ਦੇ ਦਿਨ ਦੇ ਵਿੱਚ ਉੱਤੋਂ ਵੀ ਮਤਲਬ ਕਿ ਤੌਰ ਤੇ ਜਾਂ ਕੋਈ ਉਹਨਾਂ ਨੇ ਪਾਸ ਕੀਤਾ ਮੱਥਾ ਉਹ ਪਹੁੰਚ ਜਾਣਾ ਹੈ ਇਸੇ ਤਰ੍ਹਾਂ ਅੱਜ ਇੰਗਲੈਂਡ ਦੇ ਵਿੱਚ ਵੀ ਬੜੀ ਵੱਡੀ ਕਈ ਦੇਸ਼ਾਂ ਦੇ ਨੁਮਾਇੰਦਿਆਂ ਦੀ ਇਕੱਠ ਹੋ ਰਿਹਾ ਹੈ ਉਹਦਾ ਜਿਹੜਾ ਫੈਸਲਾ ਉਹ ਵੀ ਕੱਲ੍ਹ ਤੱਕ ਸਵੇਰ ਆ ਜਾਏਗਾ ਇਸੇ ਤਰ੍ਹਾਂ ਅੱਜ ਤੇ ਰਾਤ ਕੱਲ੍ਹ ਦੀ ਸਵੇਰ ਰਾਤ ਤੱਕ ਜਿਵੇਂ ਫਰਕ ਦੇਸ਼ਾਂ ਦੇ ਵਿੱਚ ਅਮਰੀਕਾ ਵਿੱਚ ਵੀ ਕਾਫੀ ਦੇਸ਼ਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਇਕੱਠ ਕਰ ਰਹੇ ਨੇ ਇਹ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਇਹ 10-20 ਨਵੰਬਰ ਤੇ ਸਰਬੱਤ ਖਾਲਸਾ ਨੂੰ ਮੁੱਖ ਰੱਖ ਕੇ ਚੱਲਦੀਆਂ ਨੇ ਤੇ ਸਾਨੂੰ ਆਸ ਹੈ ਪੂਰੀ 100% ਕਿ ਸਾਰੀ ਦੁਨੀਆ ਦੇ ਜਿਹੜੇ ਸਿੱਖ ਸੰਸਥਾਵਾਂ ਨੇ ਚਾਹੇ ਉਹ ਗੁਰਦੁਆਰਾ ਕਮੇਟੀਆਂ ਦੇ ਰੂਪ ਚ ਨੇ ਚਾਹੇ ਸਿੱਖ ਆਪਣਾ ਰੂਪ ਚ ਨੇ ਕੋਈ ਸੇਵਾ ਕਰ ਰਿਹਾ ਦੇ ਵਿੱਚ ਉਹ ਆਪਣੀ ਜਿਹੜੀ ਨੁਮਾਇੰਦਗੀ ਹੈ ਆਪਣੇ ਡੈਲੀਗੇਟ ਭੇਜ ਕੇ ਸੰਸਥਾ ਦੇ ਵਿੱਚ ਕਰਨ ਲਈ ਸਾਨੂੰ ਹਰ ਨਾਲ ਜਿਹੜਾ ਹਾਂ ਜੀ ਭਾਈ ਸਾਹਿਬ ਜੀ ਠੀਕ ਆ ਭਾਈ ਸਾਹਿਬ ਮਹਿੰਦਰਪਾਲ ਸਿੰਘ ਜੀ ਆਪਣਾ ਤਕਰੀਬਨ ਹੁਣ ਸਮਾਂ ਵੀ ਇਜਾਜ਼ਤ ਨਹੀਂ ਤੇ ਤਕਰੀਬਨ ਅੱਧੇ ਘੰਟੇ ਦਾ ਸਾਨੂੰ ਸਮਾਂ ਮਿਲਦਾ ਹੁੰਦਾ ਤੇ ਬਹੁਤ ਬਹੁਤ ਧੰਨਵਾਦ ਆ ਵੀ ਤੁਸੀਂ ਆਪਣੇ ਜੋ ਰੁਝੇਵੇਂ ਭਟਣ ਦੇ ਵਿੱਚੋਂ ਸਾਨੂੰ ਜੋ ਆਪਣਾ ਟਾਈਮ ਕੀਮਤੀ ਸਮਾਂ ਦਿੱਤਾ ਤੇ ਤੁਸੀਂ ਜੋ ਆਉਂਦੇ ਜਾਂਦੇ ਆ ਆਪਣੇ ਖਾਲਸਾ ਦੇ ਰਾਹੀਂ ਆਪਣੀ ਜੋ ਕੌਮ ਆ ਉਹਨਾਂ ਨੂੰ ਦੇਸ਼ ਜਾਂ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਮੈਂ ਆਪ ਜੀ ਤੇ ਰੇਡੀਓ ਮਾਧਿਅਮ ਰਾਹੀਂ ਸਰ ਜਗਰਾਜ ਸਿੰਘ ਜੀ ਇਹੀ ਸਾਰੀ ਦੁਨੀਆ ਦੇ ਸਿੱਖਾਂ ਨੂੰ ਹੱਥ ਜੋੜ ਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਦੇ ਰੂਪ 'ਚ ਕਰਾਂਗਾ ਕਿ ਤੁਸੀਂ ਸਾਰੇ ਹੀ ਆਪਣੇ ਸਿੱਖ ਵਿਰਾਸਤ ਦੇ ਵਿੱਚੋਂ ਸਰਬੱਤ ਖਾਲਸਾ ਵਰਗੀ ਜਿਹੜੀ ਸਾਡੀ ਗੁਰੂ ਦੀ ਦਿੱਤੀ ਹੋਈ ਇੱਕ ਦੇਣ ਹੈ ਸਾਡੀ ਸੰਸਥਾ ਹੈ ਉਹਨੂੰ ਉਜਾਗਰ ਕਰੋ ਤੇ ਇਤਿਹਾਸ ਦਾ ਹਿੱਸਾ ਬਣੋ ਤੇ ਅੱਜ ਭਵਿੱਖ ਦੇ ਵਿੱਚ ਅਜਿਹੇ ਸਾਨੂੰ ਸੁਝਾਓ ਤੋਂ ਫੈਸਲੇ ਲਈਏ ਸਾਰੇ ਇਕੱਠੇ ਹੋ ਕੇ ਜਿਹਦੇ ਨਾਲ ਹਕੂਮਤਾਂ ਸਾਡੇ ਸਿੱਖਾਂ ਦੇ ਸਿਧਾਂਤ ਨੂੰ ਕਰਨ ਹੋਂਦ ਨੂੰ ਖਤਮ ਕਰਨ ਦੇ ਜਿਹੜੇ ਇਕੱਠੀਆਂ ਨੇ ਉਹਨਾਂ ਨੂੰ ਤੌਰ ਤੇ ਆਪਾਂ ਰੋਕ ਸਕੀਏ ਇਹੀ ਮੈਂ ਬੇਨਤੀ ਕਰਾਂਗਾ ਤੇ ਸਾਰੇ ਪੂਰਨ ਸੂਝ ਬੂਝ ਦੇ ਨਾਲ ਵਿਚਾਰ ਕਰਕੇ ਸੁਝਾਅ ਵੀ ਦਿਓ ਪਾਰਟੀਸਪੇਸ਼ਨ ਤਨ ਮਨ ਧਨ ਇਹਨਾਂ ਰਾਹੀਂ ਹੀ ਸਰਬੱਤ ਖਾਲਸਾ ਦੀ ਜਿਹੜੀ ਕਮੇਟੀ ਹੈ ਧੰਨਵਾਦ ਕਰਦੇ ਆ ਜੋ ਤੁਸੀਂ ਸਾਡੇ ਨਾਲ ਜੁੜੇ ਔਰ ਸਾਡੇ ਜੋ ਸਰੋਤਾ ਜਾਨ ਆ ਉਹਨਾਂ ਨੂੰ ਆਪਣੇ ਸਰਬੱਤ ਖਾਲਸਾ ਬਾਰੇ ਸਾਰ ਪੂਰਵਕ ਜੋ ਤੁਸੀਂ ਜਾਣਕਾਰੀ ਦਿੱਤੀ ਆ ਬਹੁਤ ਹੀ ਤੁਹਾਡਾ ਧੰਨਵਾਦ ਜੀ ਫਿਰ ਅਖੀਰ ਦੇ ਵਿੱਚ ਅਸੀਂ ਤੁਹਾਨੂੰ ਖਤਮ ਕਰਦੇ ਹਾਂ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਮੈਂ ਆਪਣੇ ਜੀ ਮਹਿੰਦਰਪਾਲ ਸਿੰਘ ਜੀ ਜੋ ਪੰਜਾਬ ਦੇ ਵਿੱਚ ਜਿਵੇਂ